ਯੂਰਿਕ ਐਸਿਡ ਦੀ ਵਜ੍ਹਾ ਬਹੁਤ ਵੱਡੀ ਪ੍ਰੋਬਲਮ ਹੈ। ਮੈਂ ਇੰਨਾ ਹੈਰਾਨ ਹੁੰਦਾ, ਪੇਸ਼ੈਂਟ ਆਉਂਦੇ ਆ, ਡਾਕਟਰ ਮੇਰੇ ਯੂਰੀਆ ਵੱਧ ਗਿਆ, ਮੈਨੂੰ ਦਵਾਈ ਦੇ ਦੇ। ਇੱਕ ਮੇਰਾ ਯੂਰੀਆ ਵਧਿਆ ਵਾ, ਇੱਕ ਮੇਰੇ ਢਿੱਡ 'ਚ ਪੀੜ ਹੁੰਦੀ ਆ, ਗੈਸ ਬਣੀ ਆ, ਜਾਂ ਮੇਰੇ ਢਿੱਡ 'ਚ ਪੀੜ ਹੁੰਦੀ ਆ। ਜੇ ਤੁਹਾਡੇ ਦੋਵੇਂ ਗੋਡੇ ਪੀੜ ਹੁੰਦੇ ਆ, ਇੱਥੇ ਦਰਦ ਆ, ਇੱਥੇ ਦਰਦ ਆ, ਐਂ ਦਰਦ ਆ, ਉਹ ਯੂਰੀਆ ਨਹੀਂ ਆ। ਮੈਂ ਦਰਦ ਲਈ ਦਵਾਈ ਦਿੰਦਾ ਵਾਂ ਬਜ਼ੁਰਗਾਂ ਨੂੰ, ਜਦੋਂ ਹੱਥ ਤੋਂ ਵੱਧ ਦਰਦ ਹੋ ਜਾਵੇ, ਰਾਤ ਨੂੰ ਨੀਂਦ ਨਾ ਆਵੇ, ਉਦੋਂ ਦਰਦ ਦੀ ਗੋਲੀ ਦੇਈਦੀ ਆ। ਪਰ ਤੁਸੀਂ ਡਾਇਗਨੋਸ ਨਹੀਂ ਨਾ ਗਲਤ ਦੱਸ ਸਕਦੇ। ਜਿੱਥੇ ਆਰਥਰਾਈਟਿਸ ਹੈ ਕਿਸੇ ਨੂੰ, ਇਹਨੂੰ ਆਰਥਰਾਈਟਿਸ ਤਾਂ ਕਹਿ ਸਕਦੇ ਹੋ, ਪਰ ਜੇ ਤੁਸੀਂ ਯੂਰਿਕ ਐਸਿਡ, ਯੂਰੀਆ ਵੱਧ ਗਿਆ, ਇਹ ਨਾ ਕਹੋ। ਔਰ ਯੂਰਿਕ ਐਸਿਡ ਦੀ ਪ੍ਰੋਬਲਮ ਇਹ ਆ ਕਿ ਉਹ ਪਤਾ ਨਹੀਂ ਨਿਰਾ ਸਿਰਫ ਝੂਠ ਆ, ਪੂਰਾ ਝੂਠ ਆ। ਸੋ ਮੈਨੂੰ ਨਹੀਂ ਪਤਾ ਕਿਹੜੇ ਡਾਕਟਰ ਉਹਨਾਂ ਨੂੰ ਦੱਸ ਰਿਹਾ ਕਿ ਤੁਹਾਨੂੰ ਯੂਰੀਆ ਵੱਧ ਗਿਆ, ਤੁਹਾਨੂੰ ਯੂਰਿਕ ਐਸਿਡ ਵੱਧ ਗਿਆ, ਕਿਉਂਕਿ ਯੂਰਿਕ ਐਸਿਡ ਵਧਣ ਨਾਲ ਤੁਹਾਡੇ ਇੱਥੇ ਨਹੀਂ ਪੀੜ ਹੋਣੀ, ਇੱਥੇ ਨਹੀਂ ਪੀੜ ਹੋਣੀ, ਇਹ ਇੱਥੇ ਇੱਥੇ ਪੀੜ ਨਹੀਂ ਹੋਣੀ। ਉਹ ਯੂਜਲੀ ਇੱਥੇ ਲਾਲ ਹੋ ਜਾਂਦਾ ਤੁਹਾਡਾ ਜੁਆਇੰਟ, ਔਰ ਹੋ ਸਕਦਾ ਸਾਲ 'ਚ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਹੋਏ, ਅਤੇ ਉਹ ਆਪਣੇ ਆਪ ਠੀਕ ਹੁੰਦਾ ਆਪਣੇ ਆਪ। ਵੈਸੇ ਤਾਂ ਅਸੀਂ ਦਵਾਈ ਦੇ ਦਿੰਦੇ ਹਾਂ ਜਿਹਦੇ ਨਾਲ, ਜਿੱਥੇ 10 ਦਿਨ 'ਚ ਚੀਜ਼ ਠੀਕ ਹੋਣੀ, ਉਹ 6 ਦਿਨਾਂ 'ਚ ਹੋ ਜਾਂਦੀ ਆ। ਮੈਂ ਪੰਜਾਬ ਮੈਡੀਕਲ ਬੋਰਡ ਨੂੰ, ਇੰਡੀਅਨ ਮੈਡੀਕਲ ਬੋਰਡ ਨੂੰ ਇਹੋ ਰਿਕੁਐਸਟ ਕਰੂੰਗਾ ਕਿ ਜਿਹੜਾ ਯੂਰਿਕ ਐਸਿਡ ਦਾ ਵਧਣਾ, ਯੂਰੀਆ ਦਾ ਵਧਣਾ, ਇਹ ਕਿੱਥੋਂ ਪ੍ਰੋਬਲਮ ਚੱਲ ਰਹੀ ਹੈ ਕਿ ਲੋਕਾਂ ਨੂੰ ਦੱਸਿਆ ਜਾ ਰਿਹਾ, ਫਿਰ ਲੋਕਾਂ ਨੂੰ ਪੇਨ ਮੈਡੀਕੇਸ਼ਨਸ ਦੇ ਉੱਪਰ ਲਾਇਆ ਜਾ ਰਿਹਾ, ਇਹ ਗਲਤ ਹੈ, ਸਰ ਸੇ ਗਲਤ। ਤੁਸੀਂ ਜੁੜੇ ਹੋ ਅੱਖਰ ਦੇ ਨਾਲ, ਅਤੇ ਮੈਂ ਹਾਂ ਨਵਰੀਤ ਸਿਵੀਆ। ਯੂਰਿਕ ਐਸਿਡ ਦੇ ਬਹੁਤ ਮਰੀਜ਼ ਆ ਜਿਹੜੇ ਉਹ ਦਵਾਈ ਲੈ ਰਹੇ ਆ। ਇੱਥੇ ਪਿੰਡ ਕੈਲੀਫੋਰਨੀਆ ਦੇ ਵਿੱਚ ਜਿੱਥੇ ਡਾਕਟਰ ਸਾਹਿਬ ਬੈਠਦੇ ਆ, ਡਾਕਟਰ ਸਵੈਮਾਨ ਸਿੰਘ, ਇੱਥੇ ਵੀ ਬਹੁਤ ਲੋਕ ਆਉਂਦੇ ਆ। ਵੈਸੇ ਲੋਕ ਤਾਂ ਸਾਡੇ ਇੱਧਰਲੇ ਪਾਸੇ ਜਿਹੜੇ ਬਾਈ ਬੈਠੇ ਆ, ਇਹ ਸਾਡੇ ਵੈਸੇ ਹੀ ਡਾਕਟਰ ਸਾਹਿਬ ਨੂੰ ਮਿਲਣ ਆਏ ਸੀ, ਜਾਂ ਇੱਥੇ ਡਾਕਟਰ ਸਾਹਿਬ ਦੇ ਨਾਲ ਵਲੰਟੀਅਰ ਦੇ ਤੌਰ 'ਤੇ ਕੰਮ ਕਰਦੇ ਆ। ਦੂਸਰੀ ਸਾਈਡ ਵੀ ਬਾਈ ਬੈਠੇ ਆ ਜਿਨ੍ਹਾਂ ਦਾ ਇਹ ਪੂਰਾ ਟੈਂਟ ਆ, ਇਹ ਦਵਾਈ ਲੈਣੀ ਆਏ, ਹੋਰ ਲੋਕ ਬਹੁਤ ਆਉਂਦੇ ਆ। ਮੈਂ ਇਹ ਤਾਂ ਦੱਸਦਾ ਵੀ ਜਿਹੜੇ ਨਾਲ ਬੈਠੇ ਆ, ਇਹ ਭਾਈ ਬੰਦੇ ਉਹ ਆ ਜਿਹੜੇ ਇੱਥੇ ਮੋਰਚੇ 'ਤੇ ਡਟੇ ਹੋਏ ਆ, ਇਹਨਾਂ ਨੂੰ ਦਿਖਾਉਣਾ ਜ਼ਰੂਰੀ ਆ। ਪਰ ਜਿਹੜੇ ਉਹ ਆਉਂਦੇ ਆ, ਉਹ ਯੂਰਿਕ ਐਸਿਡ ਦੀ ਦਵਾਈ ਲੈਣ ਆਉਂਦੇ ਆ। ਇਹ ਕੀ ਰੋਗ ਆ, ਕਿਉਂ ਹੁੰਦਾ? ਵੈਸੇ ਇਹਨੂੰ ਯੂਰੀਆ ਵੀ ਕਹਿ ਦਿੰਦੇ ਆ ਨਾ, ਨਿੱਕਾ ਵੀ ਯੂਰਿਕ ਐਸਿਡ। ਇਹ ਬਾਈ ਸਿੰਘੂ ਬਾਰਡਰ ਦੇ ਡਟੇ ਆ, ਅੱਜ ਆਪਾਂ ਨੂੰ ਵੇਖਣ ਆਏ ਆਪਣੇ ਟੈਂਟ ਜਿੱਦਾਂ ਤੁਸੀਂ ਵਿਖਾ ਰਹੇ ਹੋ, ਕਿਉਂਕਿ ਇਹ ਬਣਾਉਣਾ ਸਿੰਘੂ ਦੇ, ਸੋ ਵੀ ਬਾਈ ਉੱਥੇ ਡਟੇ, ਆਪਾਂ ਟਿਕਰੀ 'ਤੇ ਡਟੇ ਹਾਂ, ਮੋਰਚੇ ਅਲੱਗ ਅਲੱਗ ਆ, ਬਾਈ ਆਪਾਂ ਸੇਮ ਆ। ਯੂਰਿਕ ਐਸਿਡ ਦੀ ਵਜ੍ਹਾ ਬਹੁਤ ਵੱਡੀ ਪ੍ਰੋਬਲਮ ਹੈ। ਮੈਂ ਇੰਨਾ ਹੈਰਾਨ ਹੁੰਦਾ, ਪੇਸ਼ੈਂਟ ਆਉਂਦੇ ਆ, ਡਾਕਟਰ ਮੇਰੇ ਯੂਰੀਆ ਵੱਧ ਗਿਆ, ਮੈਨੂੰ ਦਵਾਈ ਦੇ ਦੇ। ਇੱਕ ਮੇਰਾ ਯੂਰੀਆ ਵਧਿਆ ਵਾ, ਇੱਕ ਮੇਰੇ ਢਿੱਡ 'ਚ ਪੀੜ ਹੁੰਦੀ ਆ, ਗੈਸ ਬਣੀ ਆ, ਜਾਂ ਮੇਰੇ ਢਿੱਡ 'ਚ ਪੀੜ ਹੁੰਦੀ ਆ। ਔਰ ਇਹਦਾ ਇੱਕ ਬਹੁਤ ਵੱਡਾ ਨੁਕਸਾਨ ਇਹ ਆ ਕਿ ਜਿਹੜੀ ਗੋਲੀ ਤੁਸੀਂ ਯੂਰਿਕ ਐਸਿਡ ਦੇ ਵਧੇ ਦੀ ਖਾਂਦੇ ਹੋ, ਉਹ ਦੂਜੀ ਚੀਜ਼ ਕਰਦੀ ਆ, ਜਿਹੜੀ ਉਹ ਕਰਦੀ ਆ ਉਹ ਤੁਹਾਡੀਆਂ ਹੱਡੀਆਂ ਕਮਜ਼ੋਰ ਕਰਦੀ ਆ, ਇੱਕ ਸਾਈਕਲ ਵਿੱਚ ਵੱਜ ਗਏ ਬੰਦੇ। ਔਰ ਯੂਰਿਕ ਐਸਿਡ ਦੀ ਪ੍ਰੋਬਲਮ ਇਹ ਆ ਕਿ ਉਹ ਪਤਾ ਨਹੀਂ ਨਿਰਾ ਸਿਰਫ ਝੂਠ ਆ, ਪੂਰਾ ਝੂਠ ਆ। ਅੱਛਾ ਯਾਰ, ਕੋਈ ਯੂਰਿਕ ਐਸਿਡ ਜੇ ਕਿਸੇ ਦਾ ਵੱਧ ਆ, ਉਹਨੂੰ ਅਸੀਂ ਗਾਊਟ ਕਹਿ ਦਿੰਦੇ ਹਾਂ, ਉਹ ਪ੍ਰੋਬਲਮ ਹੈ ਤੁਹਾਡੇ ਇੱਥੇ ਸੋਜ ਪੈਂਦੀ ਹੈ ਅੰਗੂਠੇ 'ਤੇ ਜਾਂ ਗੋਡੇ 'ਤੇ, ਲਾਲ ਹੋ ਜਾਂਦੀ ਆ, ਬਹੁਤ ਦਰਦ ਹੁੰਦੀ ਆ, ਇੱਕ ਜੁਆਇੰਟ ਆਪਣੇ ਆਪ ਠੀਕ ਹੋ ਜਾਂਦਾ 10 ਦਿਨਾਂ ਬਾਅਦ। ਪਰ ਇੰਡੀਆ ਦੇ ਵਿੱਚ ਪਤਾ ਨਹੀਂ ਕੀ, ਪੰਜਾਬ ਦੇ ਵਿੱਚ ਕਿਹੜੀ ਪੜ੍ਹਾਈ ਪੜ੍ਹੀ ਲੋਕਾਂ ਨੇ, ਜਾਂ ਪਤਾ ਨਹੀਂ ਕੋਈ ਡਾਕਟਰ ਆ ਜਾਂ ਇੱਦਾਂ ਕਹਿ ਰਿਹਾ ਕਿ ਯੂਰਿਕ ਐਸਿਡ ਹਰ ਇੱਕ ਜਿਹਨੂੰ ਵੀ ਜੁਆਇੰਟ ਪੇਨ ਹੈ, ਜਿੱਦਾਂ ਆਪਾਂ ਆਰਥਰਾਈਟਿਸ ਦੀ ਗੱਲ ਕੀਤੀ ਹੈ ਕਿ ਤੁਹਾਡੇ ਜੋੜਾਂ ਵਿੱਚ ਜਿਹੜਾ ਗਰੀਸ ਘੱਟ ਗਈ ਆ, ਜਿਹੜੀ ਹੱਡੀ ਨਾਲ ਹੱਡੀ ਟਕਰਾਉਣ ਲੱਗ ਪਈ, ਉਹਨੂੰ ਯੂਰਿਕ ਐਸਿਡ ਦਾ ਨਾਮ ਦੇ ਦਿੰਦੇ ਆ, ਯੂਰੀਆ ਤੇਰਾ ਵੱਧ ਗਿਆ, ਯੂਰਿਕ ਐਸਿਡ ਵੱਧ ਗਿਆ। ਔਰ ਉਹ ਪੂਰਾ ਝੂਠ ਆ, ਉਹ ਗੱਲ ਹੀ ਨਹੀਂ ਆ। ਫਿਰ ਉਹਨਾਂ ਦੇ ਟੈਸਟ ਮੰਗੀਦੇ ਆ, ਕਈਆਂ ਦੇ ਕਦੀ ਟੈਸਟ ਹੀ ਨਹੀਂ ਹੋਏ, ਅਤੇ ਜਿਨ੍ਹਾਂ ਦੇ ਟੈਸਟ ਹੋਏ ਹੁੰਦੇ ਆ, 99% ਲੋਕਾਂ ਦਾ ਯੂਰਿਕ ਐਸਿਡ ਨੋਰਮਲ ਹੁੰਦਾ। ਸੋ ਮੈਨੂੰ ਨਹੀਂ ਪਤਾ ਕਿਹੜੇ ਡਾਕਟਰ ਉਹਨਾਂ ਨੂੰ ਦੱਸ ਰਿਹਾ ਕਿ ਤੁਹਾਨੂੰ ਯੂਰੀਆ ਵੱਧ ਗਿਆ, ਤੁਹਾਨੂੰ ਯੂਰਿਕ ਐਸਿਡ ਵੱਧ ਗਿਆ, ਕਿਉਂਕਿ ਯੂਰਿਕ ਐਸਿਡ ਵਧਣ ਨਾਲ ਤੁਹਾਡੇ ਇੱਥੇ ਨਹੀਂ ਪੀੜ ਹੋਣੀ, ਇੱਥੇ ਨਹੀਂ ਪੀੜ ਹੋਣੀ, ਇਹ ਇੱਥੇ ਇੱਥੇ ਪੀੜ ਨਹੀਂ ਹੋਣੀ। ਉਹ ਯੂਜਲੀ ਇੱਥੇ ਲਾਲ ਹੋ ਜਾਂਦਾ ਤੁਹਾਡਾ ਜੁਆਇੰਟ, ਔਰ ਹੋ ਸਕਦਾ ਸਾਲ 'ਚ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਹੋਏ, ਅਤੇ ਉਹ ਆਪਣੇ ਆਪ ਠੀਕ ਹੁੰਦਾ ਆਪਣੇ ਆਪ। ਵੈਸੇ ਤਾਂ ਅਸੀਂ ਦਵਾਈ ਦੇ ਦਿੰਦੇ ਹਾਂ ਜਿਹਦੇ ਨਾਲ, ਜਿੱਥੇ 10 ਦਿਨ 'ਚ ਚੀਜ਼ ਠੀਕ ਹੋਣੀ, ਉਹ 6 ਦਿਨਾਂ 'ਚ ਹੋ ਜਾਂਦੀ ਆ, ਬਟ ਆਪਣੇ ਆਪ ਵੀ ਜੇ ਤੁਸੀਂ ਉਹਨੂੰ ਕੁਛ ਨਹੀਂ ਕਰੋਗੇ, ਦਰਦ ਬਹੁਤ ਹੁੰਦਾ, ਬਹੁਤ ਜ਼ਿਆਦਾ ਦਰਦ ਹੁੰਦਾ, 10 ਦਿਨਾਂ 'ਚ ਆਪੇ ਠੀਕ ਹੋ ਜਾਂਦਾ ਉਹਦਾ। ਪਰ ਟ੍ਰੀਟਮੈਂਟ ਟੋਟਲੀ ਡਿਫਰੈਂਟ ਆ। ਜਿਹੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਆ ਕਿ ਸਾਨੂੰ ਯੂਰੀਆ ਵੱਧ ਗਿਆ, ਯੂਰੀਕ ਐਸਿਡ, ਟੋਟਲੀ ਫਾਲਸ ਆ। ਗੋਡੇ 'ਚ ਦਰਦ ਹੁੰਦੇ ਆ ਡਾਕਟਰ, ਦੋਵੇਂ ਗੋਡਿਆਂ 'ਚ ਕਦੀ ਇੱਦਾਂ ਨਹੀਂ ਹੁੰਦਾ। ਯੂਰੀਆ, ਯੂਰਿਕ ਐਸਿਡ ਵਧਣ ਨਾਲ ਦੋਵੇਂ ਗੋਡੇ ਨਹੀਂ ਕਦੀ ਦਰਦ ਹੋਣਗੇ, ਇੱਕ ਹੋ ਸਕਦਾ ਉਹ ਪੂਰਾ ਸੁੱਜਿਆ ਹੋਊਗਾ, ਲਾਲ ਹੋਊਗਾ, ਅਸੀਂ ਮੰਨਾਂਗੇ। ਸੋ ਬਾਈ ਜੀ, ਗੱਲ ਇਹ ਆ ਕਿ ਗਲਤ ਡਾਇਗਨੋਸ ਦਿੱਤਾ ਜਾ ਰਿਹਾ ਪੇਸ਼ੈਂਟ ਨੂੰ। ਔਰ ਹੁਣ ਜਿਹੜੀ ਬਿਮਾਰੀ, ਫਿਰ ਤੁਸੀਂ ਕਹਿ ਰਹੇ ਵੀ ਜਿਹੜੀ ਉੱਥੇ ਦਵਾਈ ਦਿੱਤੀ ਜਾਂਦੀ ਆ, ਉਹ ਹੋਰ ਚੀਜ਼ਾਂ ਨੂੰ ਨੁਕਸਾਨ ਕਰਦੀ ਆ। ਹਾਂਜੀ, ਸੋ ਨੋਰਮਲੀ ਕੀ ਇੱਥੇ ਕਰ ਰਿਹਾ ਪੇਸ਼ੈਂਟਸ ਨੂੰ, ਪੇਸ਼ੈਂਟ ਆਉਂਦਾ, ਮੇਰੇ ਗੋਡਿਆਂ 'ਚ ਦਰਦ ਆ, ਮੋਢਿਆਂ 'ਚ ਦਰਦ ਆ, ਸਰਵਾਈਕਲ ਆ, ਯੇ ਵੋ, ਅਤੇ ਯੂਰੀਆ ਵਧਿਆ ਮੇਰਾ, ਉਹਨੂੰ ਗੋਲੀ ਦਿੱਤੀ ਜਾ ਰਹੀ ਐਨਸੈਟ, ਜਿੱਦਾਂ ਵੀ ਆਈ ਬੀ ਪਰੂਫਨ ਦੀ ਗੱਲ ਕਰ ਰਹੇ ਹਾਂ, ਆਈ ਬੀ ਪਰੂਫਨ ਦੇ ਦਿੰਦੇ ਆ, ਦਿੰਦੇ ਵੀ 400 ਮਿਲੀਗ੍ਰਾਮ, 600 ਮਿਲੀਗ੍ਰਾਮ ਦਿੰਦੇ ਹਰ ਇੱਕ 4 ਘੰਟਿਆਂ ਬਾਅਦ, 6 ਘੰਟਿਆਂ ਬਾਅਦ। ਉਹਦੇ ਨਾਲ ਤੁਹਾਡੇ ਜਿਹੜੀ ਪੇਟ ਆ, ਹੁਣ ਉਹ ਗੋਲੀ ਜਾ ਕੇ ਪੇਟ ਨੂੰ ਪ੍ਰੋਬਲਮ ਕਰਦੀ ਆ,
वो तुहाडे जिहड़े ढिड विच सोज पा सकदी आ। खास करके जो आप चावां पी जानी उपरों पकौड़े खाई जाने उपरों गोलियां लै लैंदे आ गैस्ट्राइटिस हुंदा। फिर लोग आंदे मैनूं कैप्सूल दे डाक्टर आ, दूजी गल दूजी गोली तो मनते नहीं, आंदे सानूं वो पेंटाप्रोजोल दा कैप्सूल चाहिए, तेजाब वाला कैप्सूल चाहिए। वह कैप्सूल जिहड़ा वा वह तुहाडियां हड्डियां कमजोर करदा। सो एक साइकल विच आपां वज गए आ, तो बहुत माड़ा साइकल। मैं पंजाब मैडिकल बोर्ड नूं इंडियन मैडिकल बोर्ड नूं इहो रिक्वेस्ट करूँगा कि जिहड़ा यूरिक एसिड का वधना यूरिया का वधना यह कितों प्रॉब्लम चल रही है कि लोगों को दसिया जा रहा, फिर लोगों को पेन मैडिकेशन के उपर लाया जा रहा, यह गलत है सर से गलत है। पर डॉक्टर साहब फिर हुण जिहड़े इन्ने लोग आ वहम दे विच आ भी किसी का गोडा दुखदा, वह की कारण कि उन्होंने होर चीज़ों का फिर किहदा इलाज करवाउण? भाई गल आपां कीता सी पूरा शो है ना गोड्यां दी एक्सरसाइज ते, जे तुहाडे गोडे दर्द हो रहा अगेन मोटापे की गल आ, एक्सरसाइज करो, मसल तकड़े करो, मसल जिहड़े तकड़े जदों तुहाडे होणगे तुहाडे जॉइंट्स ते घट जोर पाऊगा, ते तुहाडे गोड्यां ते घट जोर पिया तुहाडे गोडे घट दुखणगे। शूज जिहड़े अपने वधिया पाओ, रात नूं जाके हीट पैक ला सकदे हो, गर्मी दे सकदे हो गोड्यां नूं। एक साडे कोल ट्यूब मिलदी है, तुसीं आके साडे कोल लै सकदे हो, जे तुसीं टिकरी बॉडर ते हो जिहड़ी डाइक्लोफेनैक जिहनूं आउंदे उह ला सकदे हो, उहदे नाल तुहाडे सिस्टमिक साइड इफेक्ट नहीं होना, मतलब तुहाडे पेट दे विच दर्द नहीं होगी जिहड़ी गोली खाण नाल हुंदी आ, उह ला सकदे हो। बाकी लत जिहड़ी आ उपर कर लो, अपने हार्ट तों उपर कर लो, उह वी इक बहुत वधिया जिहड़ा तुहानूं आराम देऊगी। मसाज कर सकदे हो, इदां ये कुछ चीज़ा जी कर सकते हो। पर दवाई कल खाना ठीक है, मैं दर्द लिए दवाई देना वा बजुर्गों को, जो हाथों हाथ दर्द हो जाए रात में नींद ना आए उदो दर्द की गोली दे दी है, पर तुम डायग्नोस नहीं ना गलत दस सकते। जिते आर्थराइटिस है किसी को, इन आर्थराइटिस तो कह सकते हो, पर जो तुम यूरिक एसिड यूरिया वध गया ये ना ना कहो। सो मैं लोगों को यह वार्न करता वा, जे तुम साढ़े को आना वा कि मेरा यूरिया वध्या तो अपने ब्लड टेस्ट जरूर नाल लैके आयो, क्योंकि यूरिया यूरिक एसिड फिर वधदा जां तुहाडी किडनी दे विच प्रॉब्लम है जां हेरेडिटी तुहानूं कोई प्रॉब्लम है जिहदा यूरिक एसिड वधदा। पर यह बहुत अनकॉमन आ, लाइक एक बंदे नूं 50,000 बंदिया शायद होवे, बहुत घट। इत्थे पंजाब च तुसीं किसे नूं भी पुछ लो की प्रॉब्लम है, बई जोड़ां यूरिया वध गया यूरिक एसिड रोंग है। पर जे वधे भी ना फिर भी किसे दा इहदा हल एक्सरसाइज ही है ना? वेखो पहली गल ते मैं तुहानूं दस्सिया मिसडायग्नोस, इहदा हल की आ, जे वाकई तुहानूं यूरिक एसिड की प्रॉब्लम आ तुहाडे लई दवाइयां बणियां उह तुसीं लै सकदे हो नंबर वन। नंबर दो जिहड़े आपां मीट खाने आ, तुहानूं मीट अपनी जे वाकई तुहानूं यूरिक एसिड की प्रॉब्लम है, जिहड़ा तुहानूं मैं कहा कि जिहदा अंगूठा सोज जांदा कदी कदी लाल हो जांदा, गोडे लाल हो जांदे आ, एक गोडा एक अंगूठा सारे नहीं, मीट घट कर दो। शराब जिहड़ी पीने आपां, शराब नाल यूरिक एसिड तुहाडा वधदा शरीर दा, एक ओह शराब मीट यह बहुत माड़ियां चीज़ां। साग ना कई वारी जिहदा जिहड़ा ग्रीन जिहदा स्पिनिच जिहनूं कहिंदे साग उहदे नाल उह थोड़ा जिहा अवॉइड करो। उदों फिर किडनी टैसट जरूर कराओ, क्योंकि एक तो हुंदा यूरिया तुहाडे शरीर ने ज़्यादा बनाउणा जो सैल ब्रेकडाउन हुंदे आ, एक हुंदा तुहाडी किडनी दे विचों निकलना। जे तुहाडी किडनी डैमेज्ड आ, गुरदे कहिंदे ना पंजाबी च किडनी नूं, गुरदे डैमेज्ड आ तो तुहाडा यूरिक एसिड नहीं निकलता, फिर किडनी टैस्ट असीं जरूर करदे, BMP जिहनूं कहिंदे आ बेसिक मैटाबॉलिक पैनल, क्रिएटिनिन तुहाडी चैक करदे आ कि तुहाडी किडनीज डैमेज नहीं आ, फिर उहदे हिसाब नाल दवाई तुहाडी एडजस्ट कर सकदे आ। पर अगैन जे तुहाडे दोवें गोडे पीड़ हुंदे आ, इत्थे दर्द आ, ऐ दर्द आ, उह यूरिया नहीं आ, ਇਧਰ ਆਰਥਰਾਈਟਿਸ ਆ ਜਾਂ ਸਟਿਫਨੈਸ ਆ। ਆਪਾਂ ਜਿਹੜੀ ਪਿਛਲੇ ਸ਼ੋਅ 'ਚ ਗੱਲ ਕੀਤੀ ਐਕਸਰਸਾਈਜ਼ਾਂ, ਉਹ ਮੋਰਨਿੰਗ ਵਿੱਚ ਆਫਟਰਨੂਨ 'ਚ ਐਕਸਰਸਾਈਜ਼ ਕਰੋ, ਵੇਖਿਓ ਤੁਹਾਡੇ ਜੋੜ ਆਪੇ ਠੀਕ ਹੋ ਜਾਣੇ ਆ। ਸੋ ਇਹ ਸ਼ੋਅ ਸੀ, ਨਿੱਕਾ ਸੀ ਪਰ ਬੇਹੱਦ ਜ਼ਰੂਰੀ ਸੀ, ਕਿਉਂਕਿ ਇੱਥੇ ਲੋਕ ਦੇਖਦੇ ਹੀ ਆ ਜਿਹੜੇ ਆਉਂਦੇ ਆ, ਹੁਣ ਉਹ ਗਲਤ ਦਵਾਈਆਂ 'ਤੇ ਵੀ ਲੱਗੇ ਹੋਏ ਆ, ਮਾੜੀਆਂ ਗੱਲਾਂ 'ਤੇ ਵੀ ਲੱਗੇ ਹੋਏ ਆ, ਪਰ ਯਾਰ ਲੋੜ ਤਾਂ ਇਹੀ ਆ ਨਾ ਵੀ ਅਸੀਂ ਇਦੋਂ ਗਾਂਹ ਜਾਈਏ, ਅਸੀਂ ਦੇਖੀਏ ਕਿ ਜੜ ਕਿੱਥੇ ਪਈ ਆ। ਸੋ ਬਾਕੀ ਸਾਡੇ ਸ਼ੋਅਜ਼ ਹੋਰ ਵੀ ਪਏ ਆ ਐਕਸਰਸਾਈਜ਼ ਨੂੰ ਲੈ ਕੇ ਆ, ਉਹ ਵੀ ਦੇਖੋ ਤੁਸੀਂ ਅਤੇ ਸਮਝੋ ਕਿਵੇਂ ਇਹਨਾਂ ਤੋਂ ਬਚਿਆ ਜਾ ਸਕਦਾ। ਤੁਹਾਡਾ ਬਹੁਤ ਬਹੁਤ ਧੰਨਵਾਦ।